ਵੈਸੇ ਤਾਂ ਸਿੱਖ ਆਪਣੀ ਵੱਖਰੀ ਪਹਿਚਾਣ ਦੇ ਨਾਲ ਸਭ ਦਾ ਧਿਆਨ ਖਿੱਚ ਹੀ ਲੈਂਦੇ ਨੇ, ਪਰ ਸਿੱਖਾਂ ਵੱਲੋਂ ਕੀਤੇ ਜਾ ਰਹੇ ਕੰਮ ਵੀ ਉਹਨਾਂ ਨੂੰ ਸਭ ਦੇ ਵਿੱਚ ਹਰਮਨ ਪਿਆਰਾ ਬਣਾਉਂਦੇ ਨੇ। ਅਜਿਹਾ ਇੱਕ ਖੂਬਸੂਰਤ ਉਪਰਾਲਾ ਕੀਤਾ ਹੈ ਆਸਟ੍ਰੇਲੀਆ ਦੇ ਬਿਜ਼ਨਸਮੈਨ ਡੈਨੀ ਸਿੰਘ ਵੱਲੋਂ, ਜਿਨ੍ਹਾਂ ਨੇ ਖਾਲਸਾ ਸਾਜਨਾ ਦਿਹਾੜੇ ਦੇ ਨਾਮ ਵਾਲੀਆਂ ਖੂਬਸੂਰਤ ਘੜੀਆਂ ਦੀ ਕਲੈਕਸ਼ਨ ਤਿਆਰ ਕੀਤੀ ਹੈ, ਜਿਨ੍ਹਾਂ ਦੀਆਂ ਘੜੀਆਂ ਦੇ ਨਾਲ ਮਾਰਕੀਟ ਦੇ ਵਿੱਚ ਇੱਕ ਤਹਿਲਕਾ ਜ਼ਰੂਰ ਮੱਚ ਗਿਆ। ਇਹਨਾਂ ਘੜੀਆਂ ਦੇ ਵਿੱਚ ਖੰਡੇ ਦਾ ਖੂਬਸੂਰਤ ਨਿਸ਼ਾਨ ਬਣਿਆ ਹੋਇਆ ਹੈ, ਜੋ ਕਿ ਹਰ ਪਲ ਹਰ ਘੜੀ ਗੁਰੂ ਦੇ ਨਾਲ ਹੋਣ ਦਾ ਅਹਿਸਾਸ ਕਰਵਾਉਂਦਾ ਹੈ। ਘੜੀਆਂ ਦੀ ਇਹ ਖੂਬਸੂਰਤ ਕਲੈਕਸ਼ਨ ਹਰ ਇੱਕ ਸਿੱਖ ਦੇ ਲਈ ਇੱਕ ਬੇਮਿਸਾਲ ਤੋਹਫ਼ਾ ਹੈ। ਇੱਕ ਨਜ਼ਰ ਪਾ ਲੈਂਦੇ ਹਾਂ ਇਸ ਖੂਬਸੂਰਤ ਕਲੈਕਸ਼ਨ 'ਤੇ। ਖਾਲਸਾ 1699 ਨਾਮ ਦੀਆਂ ਸਟਾਈਲਿਸ਼ ਘੜੀਆਂ ਦਾ ਬ੍ਰਾਂਡ, ਜਿਸ ਦਾ ਨਾਮ ਹੀ ਕਾਫੀ ਹੈ। ਸਿੱਖ ਭਾਈਚਾਰੇ ਦੇ ਲਈ ਖੰਡਾ ਉਹਨਾਂ ਦੀ ਆਨ ਸ਼ਾਨ ਅਤੇ ਮਾਨ ਦਾ ਪ੍ਰਤੀਕ ਹੈ। ਬਹੁਤ ਹੀ ਘੱਟ ਸਮੇਂ ਦੇ ਵਿੱਚ ਇਹਨਾਂ ਘੜੀਆਂ ਨੇ ਨਾਮਵਰ ਬ੍ਰਾਂਡਾਂ ਨੂੰ ਮਾਤ ਪਾ ਦਿੱਤੀ ਹੈ। ਖਾਲਸਾ 1699 ਸਿੰਘ ਕਲੈਕਸ਼ਨ ਵੀ ਲਾਂਚ ਕੀਤੀ ਜਾ ਚੁੱਕੀ ਹੈ। ਸਿੰਘ ਇਜ਼ ਕਿੰਗ ਅਤੇ ਕਿੰਗ ਇਜ਼ ਸਿੰਘ ਨਾਮ ਦੀ ਟੈਗਲਾਈਨ ਦੇ ਨਾਲ ਸਿੰਘ ਵਾਚਿਸ ਨੇ ਸਭ ਦੇ ਮਨਾਂ ਦੇ ਵਿੱਚ ਆਪਣਾ ਘਰ ਪਾ ਲਿਆ ਹੈ। ਸਿੰਘ ਨਾਮ ਦੀਆਂ ਘੜੀਆਂ ਸਿਰਫ 5000 ਹੀ ਉਪਲਬਧ ਹਨ। ਇਹਨਾਂ ਘੜੀਆਂ ਨੂੰ ਖਰੀਦਣ ਦੇ ਲਈ ਤੁਸੀਂ ਵੈਬਸਾਈਟ 'ਤੇ ਜਾ ਕੇ ਸਾਈਨ ਅਪ ਕਰ ਸਕਦੇ ਹੋ। ਉਸ ਤੋਂ ਬਾਅਦ ਹੀ ਇਸ ਦੀ ਰਿਲੀਜ਼ ਡੇਟ ਬਾਰੇ ਨੋਟੀਫਾਈ ਕੀਤਾ ਜਾਵੇਗਾ। ਮਈ ਮਹੀਨੇ ਦੇ ਵਿੱਚ ਪਹਿਲੀਆਂ 100 ਘੜੀਆਂ ਲਾਂਚ ਕੀਤੀਆਂ ਜਾਣਗੀਆਂ। ਇਸ ਤੋਂ ਪਹਿਲਾਂ ਕੌਰ ਰੇਂਜ ਦੀਆਂ ਘੜੀਆਂ ਵੀ ਲੜਕੀਆਂ ਦੇ ਲਈ ਬਣਾਈਆਂ ਗਈਆਂ ਸਨ, ਜਿਨ੍ਹਾਂ ਦੀ ਪਿਆਰੀ ਜਿਹੀ ਲੁੱਕ ਨੇ ਹਰ ਇੱਕ ਦਾ ਮਨ ਮੋਹ ਲਿਆ ਸੀ। ਸਟਾਈਲਿਸ਼ ਘੜੀਆਂ ਦਾ ਇਹ ਬ੍ਰਾਂਡ ਵਰਲਡ ਵਾਈਡ ਮਸ਼ਹੂਰ ਹੋ ਚੁੱਕਿਆ ਹੈ। ਪਹਿਲੀ ਵਾਰ ਖਾਲਸਾਈ ਚਿੰਨ੍ਹ ਖੰਡੇ ਦੇ ਨਾਮ ਨਾਲ ਸਥਾਪਿਤ ਹੋਈਆਂ ਇਹ ਘੜੀਆਂ ਦਾ ਬ੍ਰਾਂਡ ਪੂਰੀ ਦੁਨੀਆ ਦੇ ਵਿੱਚ ਮਕਬੂਲ ਹੋ ਚੁੱਕਿਆ ਹੈ। ਵਰਲਡ ਕਲਾਸ ਮਟੀਰੀਅਲ ਦੇ ਨਾਲ ਖਾਲਸਾ ਆਸੀਆਨ ਲਾਈਨ ਨੇ ਆਪਣੀ ਆਕਰਸ਼ਕ ਲੁੱਕ ਦੇ ਨਾਲ ਸਭ ਦਾ ਧਿਆਨ ਖਿੱਚ ਲਿਆ ਅਤੇ ਆਪਣੀ ਲਗਜ਼ਰੀ ਅਤੇ ਸਟਾਈਲਿਸ਼ ਲੁੱਕ ਵਾਲੀਆਂ ਘੜੀਆਂ ਦੇ ਵਿੱਚ ਖੰਡੇ ਦੇ ਨਿਸ਼ਾਨ ਨੇ ਇਸ ਬ੍ਰਾਂਡ ਦੀ ਖੂਬਸੂਰਤੀ ਨੂੰ ਹੋਰ ਚਾਰ ਚੰਨ ਲਾ ਦਿੱਤੇ ਨੇ। ਸਿੱਖਾਂ ਦੇ ਲਈ ਇਹ ਘੜੀਆਂ ਇੱਕ ਬੇਮਿਸਾਲ ਤੋਹਫ਼ਾ ਹਨ ਅਤੇ ਆਸਟ੍ਰੇਲੀਆ ਦੇ ਮੈਲਬੌਰਨ ਤੋਂ ਸਿੱਖ ਕਾਰੋਬਾਰੀ ਡੈਨੀ ਸਿੰਘ ਵੱਲੋਂ ਸਥਾਪਿਤ ਇਹ ਬ੍ਰਾਂਡ ਖਾਲਸਾ 1699 ਘੜੀਆਂ ਦੇ ਖੇਤਰ ਦੇ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕਿਆ ਹੈ। ਖਾਲਸਾ 1699 ਘੜੀਆਂ ਦੀ ਖਾਸ ਗੱਲ ਇਹ ਹੈ ਕਿ ਘੜੀ ਦਾ ਲੋਗੋ ਖੰਡਾ ਬਣਾਇਆ ਗਿਆ ਹੈ। ਇਸ ਘੜੀ ਦੇ ਵਿੱਚ 5 ਖੰਡੇ ਬਣਾਏ ਗਏ ਹਨ, ਜੋ ਕਿ 5 ਤਖਤਾਂ ਅਤੇ 5 ਕਕਾਰਾਂ ਨੂੰ ਦਰਸਾਉਂਦੇ ਹਨ। ਦੁਨੀਆ ਭਰ ਦੇ ਵਿੱਚ ਬੈਠੇ ਲੋਕ ਇਹਨਾਂ ਘੜੀਆਂ ਨੂੰ ਆਨਲਾਈਨ ਕਿਤੇ ਵੀ ਮੰਗਵਾ ਸਕਦੇ ਨੇ। ਘੜੀ ਦੇ ਵਿੱਚ ਬਣੇ ਹੋਏ ਖੰਡੇ ਦੇ ਨਿਸ਼ਾਨਾਂ ਦੇ ਵਿੱਚ ਪਹਿਲਾ ਖੰਡਾ ਘੜੀ ਦੇ ਡਾਇਲ ਦੇ ਵਿੱਚ ਬਣਿਆ ਹੋਇਆ, ਸੈਕਿੰਡ ਵਾਲੀ ਸੂਈ ਦੇ ਵਿੱਚ ਦੂਸਰਾ ਖੰਡਾ ਬਣਿਆ ਹੋਇਆ, ਜੋ ਕਿ ਹਰ ਪਲ ਹਰ ਘੜੀ ਪਰਮਾਤਮਾ ਨੂੰ ਜ਼ਿਹਨ ਦੇ ਵਿੱਚ ਰੱਖਣ ਦੀ ਪ੍ਰੇਰਣਾ ਦਿੰਦਾ ਹੈ। ਤੀਸਰਾ ਖੰਡਾ ਘੜੀ ਦੀ ਬੈਕ 'ਤੇ ਬਣਾਇਆ ਗਿਆ, ਚੌਥਾ ਖੰਡਾ ਘੜੀ ਦੇ ਕਰਾਊਨ 'ਤੇ ਅਤੇ 5ਵਾਂ ਖੰਡਾ ਘੜੀ ਦੀ ਸਟ੍ਰੈਪ 'ਤੇ ਬਣਾਇਆ ਗਿਆ। ਇਹ ਬ੍ਰਾਂਡ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਹੈ, ਜਿਸ ਦਿਨ ਗੁਰੂ ਸਾਹਿਬ ਨੇ ਖਾਲਸਾ ਸਜਾਇਆ ਸੀ। ਖੰਡੇ ਦੇ ਡਿਜ਼ਾਈਨ ਦੇ ਲੋਗੋ ਵਾਲੀਆਂ ਘੜੀਆਂ ਔਰਤਾਂ ਅਤੇ ਮਰਦਾਂ ਦੋਨਾਂ ਦੇ ਲਈ ਬਣਾਈਆਂ ਗਈਆਂ ਹਨ। ਗੁੱਟ 'ਤੇ ਬੰਨੀ ਘੜੀ ਦੇ ਵਿੱਚ ਖੰਡੇ ਦੀ ਖੂਬਸੂਰਤ ਤਸਵੀਰ ਸਿੱਖਾਂ ਨੂੰ ਉਹਨਾਂ ਦੀ ਰੂਹ ਦੇ ਨਾਲ ਜੋੜਦੀ ਹੈ ਅਤੇ ਆਪਣੇ ਹੋਣ ਦਾ ਅਹਿਸਾਸ ਦਿਵਾਉਂਦੀ ਹੈ। ਡੈਨੀ ਸਿੰਘ ਵੱਲੋਂ ਕੀਤਾ ਗਿਆ ਇਹ ਉਪਰਾਲਾ ਨੌਜਵਾਨ ਪੀੜ੍ਹੀ ਦੇ ਲਈ ਵੀ ਸਿੱਖਿਆਦਾਇਕ ਹੈ, ਕਿਉਂਕਿ ਜਦੋਂ ਵੀ ਕੋਈ ਇਸ ਘੜੀ ਦੇ ਬਾਰੇ ਪੁੱਛਦਾ ਹੈ ਤਾਂ ਇਤਿਹਾਸ ਆਪ ਮੁਹਾਰੇ ਸਾਹਮਣੇ ਆ ਜਾਂਦਾ ਹੈ। ਅਸੀਂ ਡੈਨੀ ਸਿੰਘ ਦੇ ਇਸ ਖੂਬਸੂਰਤ ਉਪਰਾਲੇ ਨੂੰ ਸਲਾਮ ਕਰਦੇ ਹਾਂ। ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਖੰਡੇ ਦੇ ਨਿਸ਼ਾਨ ਵਾਲੀ ਖੂਬਸੂਰਤ ਘੜੀ ਤੁਹਾਡੇ ਗੁੱਟ 'ਤੇ ਸੱਜੇ, ਤਾਂ ਜਲਦ ਤੁਸੀਂ ਵੀ ਵੈਬਸਾਈਟ 'ਤੇ ਜਾ ਕੇ ਸਾਈਨ ਅਪ ਕਰੋ।